ਹਾਂਜੀ ਪਲੱਸ 1 ਕਲਾਸ ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਕਰਾਂਗੇ ਨੈਕਸਟ ਪੱਤਰ ਨੋਟਸ ਬੋਰਡਾਂ ਉੱਪਰ ਇਸ਼ਤਿਹਾਰ ਲਾਉਣ ਦੀ ਸਮੱਸਿਆ ਸੰਬੰਧੀ ਕਿਸੇ ਅਖਬਾਰ ਦੇ ਸੰਪਾਦਕ ਨੂੰ ਲਿਖੋ ਇੱਥੇ ਆਪਾਂ ਐਡਰੈਸ ਪਾਵਾਂਗੇ ਜਿਵੇਂ ਆਪਦਾ ਸ਼ਹੀਦ ਉਦਮ ਸਿੰਘ ਨਗਰ ਜਲੰਧਰ ਤਾਂ ਜੋ ਤਰੀਕ ਨੂੰ ਲਿਖ ਰਹੇ ਹਾਂ ਉਹ ਇੱਥੇ ਕਿਹਨੂੰ ਲਿਖ ਰਹੇ ਹਾਂ ਅਖਬਾਰ ਦੇ ਸੰਪਾਦਕ ਨੂੰ ਸੇਵਾ ਵਿਖੇ ਸੰਪਾਦਕ ਸਾਹਿਬ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਵਿਸ਼ਾ ਕੀ ਆ ਨੋਟਸ ਬੋਰਡਾਂ ਉੱਤੇ ਇਸ਼ਤਿਹਾਰ ਲਾਉਣ ਦੀ ਸਮੱਸਿਆ ਸ਼੍ਰੀਮਾਨ ਜੀ ਇਹਦੇ ਵਿੱਚ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਬੇਟਾ ਇਹ ਹੈਗਾ ਜਿਵੇਂ ਨੋਟਸ ਬੋਰਡ ਲੱਗੇ ਹੁੰਦੇ ਆ ਥਾਂ ਥਾਂ ਤੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਲੱਗੇ ਹੁੰਦੇ ਆ ਉਹਦੇ ਵਿੱਚ ਮੁੱਖ ਜਾਣਕਾਰੀ ਦਿੱਤੀ ਹੁੰਦੀ ਆ ਵੀ ਆਹ ਮਹੱਲਾ ਇਧਰ ਆ ਅਲੱਗ-ਅਲੱਗ ਮਹੱल्ल्या ਦੇ ਨਾਂ ਦੱਸੇ ਹੁੰਦੇ ਆ ਆਹ ਸੜਕ ਇਧਰ ਜਾਂਦੀ ਆ ਹਨਾ ਉਹ ਐਰੋ ਲਾ ਕੇ ਉਥੇ ਦੱਸੇ ਹੁੰਦੇ ਆ ਜਾਂ ਨਕਸ਼ਾ ਬਣਾਇਆ ਹੁੰਦਾ ਵਾ ਪਰ ਅੱਜ ਕੱਲ ਦੀ ਸਮੱਸਿਆ ਇਹ ਆ ਰਹੀ ਆ ਕਿ ਉਹ ਨੋਟਸ ਬੋਰਡ ਜਿਹੜੇ ਲੋਕਾਂ ਦੀ ਸਹੂਲਤ ਦੇ ਲਈ ਬਣੇ ਹੋਇਆ ਉੱਤੇ ਕੁਝ ਕੁ ਜਿਵੇਂ ਮੰਨ ਲਓ ਰਾਜਨੀਤੀ ਰਾਜਨੀਤਿਕ ਨੇਤਾ ਆ ਜਾਂਦੇ ਆ ਜਾਂ ਜਿਵੇਂ ਆਪਾਂ ਕਿਤੇ ਸਮਾਗਮ ਹੋ ਰਿਹਾ ਹੈ ਅਲੱਗ-ਅਲੱਗ ਉਹ ਉਹ ਇਸ਼ਤਿਹਾਰ ਉਹਦੇ ਉੱਤੇ ਲਗਾ ਦਿੱਤੇ ਜਾਂਦੇ ਆ ਅਲੱਗ-ਅਲੱਗ ਰੰਗਾਂ ਦੇ ਵਿੱਚ ਚਾਹੀ ਕਿਤੇ ਟੂਰਨਾਮੈਂਟ ਹੋ ਰਿਹਾ ਵਾ ਧਾਰਮਿਕ ਦਮਾਨ ਲੱਗ ਰਹੇ ਨੇ ਉਹ ਸਮਾਗਮ ਇਨੀ ਤਰੀਕ ਨੂੰ ਹੋਣ ਜਾ ਰਹੇ ਨੇ ਇਸ ਤਰ੍ਹਾਂ ਦੇ ਇਸ਼ਤਿਹਾਰ ਆ ਜਿਹੜੇ ਉਹਨਾਂ ਉੱਤੇ ਨੋਟਸ ਬੋਰਡਾਂ ਤੇ ਲਗਾ ਦਿੱਤੇ ਜਾਂਦੇ ਆ ਜਿਹਦੇ ਨਾਲ ਜਿਹੜੀ ਮੁੱਖ ਜਾਣਕਾਰੀ ਆ ਉਹ ਤਾਂ ਇਸ਼ਤਿਹਾਰਾਂ ਦੇ ਨੀਚੇ ਲੁਕ ਜਾਂਦੀ ਆ ਉਹਦੇ ਤੇ ਆਹੀ ਇਸ ਪੱਤਰाहि में आपनु ਆਪਣੇ ਸ਼ਹਿਰ ਵਿੱਚ ਨਵੇਂ ਬਣੇ ਕੁਝ ਯੋਜਨਾਬੱਧ ਮੁਹੱਲਿਆਂ ਵਿੱਚ ਲੱਗੇ ਨੋਟਸ ਬੋਰਡਾਂ ਨੂੰ ਇਸ਼ਤਿਹਾਰ ਥੱਪਕੇ ਨਿਰਾਰਥਿਕ ਬਣਾਏ ਜਾਣ ਸੰਬੰਧੀ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ ਜਾਂ ਭੇਜ ਰਹੀ ਹਾਂ ਆਸ ਹੈ ਕਿ ਆਪ ਇਹਨਾਂ ਨੂੰ ਆਪਣੇ ਅਖਬਾਰ ਵਿੱਚ ਛਾਪ ਕੇ ਆਮ ਲੋਕਾਂ ਦਾ ਇਸ ਪਾਸੇ ਧਿਆਨ ਦਿਵਾਉਂਗੇ ਜਲੰਧਰ ਵਿੱਚ ਸ਼ਹੀਦ ਉਦਮ ਸਿੰਘ ਨਗਰ ਲਾਜਪਤਰਾਏ ਲਾਜਪਤ ਨਗਰ ਗੁਜਰਾਲ ਨਗਰ ਜਵਾਹਰ ਨਗਰ ਮਾਸਟਰ ਮੋਤਾ ਸਿੰਘ ਨਗਰ ਤੇ ਮਾਡਲ ਟਾਊਨ ਸ਼ਹਿਰ ਦੇ ਇੰਪਰੂਵਮੈਂਟ ਟਰਸਟ ਵੱਲੋਂ ਸਾਰੀ ਗਈ ਨਮੀ ਯੋਜਨਾਬੱਧ ਮਹੱਲੇ ਹਨ ਜਿਨ੍ਹਾਂ ਵਿੱਚ ਟਰਸਟ ਨੇ ਲੋਕਾਂ ਦੀ ਸਹੂਲਤ ਲਈ ਹਰ ਮੁੱਖ ਛੜਕੁੱਤੀ ਉਸ ਦਾ ਨਾਂ ਦਿਸ਼ਾ ਅੱਗੇ ਆਉਣ ਵਾਲੀ ਮਹੱਲੇ ਪਿੰਡ ਜਾਂ ਸ਼ਹਿਰ ਬਾਰੇ ਜਾਣਕਾਰੀ ਲਈ ਨੋਟਸ ਬੋਰਡ ਲਗਾਏ ਹੋਏ ਹਨ ਇਸ ਤੋਂ ਬਿਨਾ ਕੁਝ ਮੁਹੱਲਿਆਂ ਦੀ ਮੁੱਖ ਪ੍ਰਵੇਸ਼ ਸੜਕ ਉੱਪਰ ਸਬੰਧਤ ਮੁਹੱਲੇ ਦੇ ਨਕਸ਼ੇ ਦਾ ਬੋਰਡ ਵੀ ਲਾਇਆ ਗਿਆ ਹੈ ਇਸ ਤੋਂ ਬਿਨਾ ਗਲੀਆਂ ਤੇ ਘਰ ਦੇ ਨੰਬਰ ਦਰਸਾਉਣ ਵਾਲੇ ਬੋਰਡ ਵੀ ਲੱਗੇ ਹੋਏ ਹਨ ਗੁਰਦੁਆਰਿਆਂ ਮਸਜਿਦਾਂ ਅਤੇ ਮੰਦਰਾਂ ਦੇ ਬਾਹਰ ਵੀ ਉਹਨਾਂ ਸਬੰਧੀ ਜਾਣਕਾਰੀ ਦੇਣ ਵਾਲੇ ਨੋਟਸ ਬੋਰਡ ਲੱਗੇ ਹੋਏ ਹਨ ਇਸ ਨਾਲ ਸ਼ਹਿਰ ਵਾਸੀਆਂ ਤੋਂ ਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਬਹੁਤ ਸਹੂਲਤ ਰਹਿੰਦੀ ਹੈ ਤੇ ਟਰੱਸਟ ਨੇ ਇਹ ਸਾਰਾ ਕੰਮ ਵੀ ਆਮ ਲੋਕਾਂ ਦੇ ਫਾਇਦੇ ਲਈ ਹੀ ਕੀਤਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਕੱਲ ਇਹ ਨੋਟਸਵਰਡ ਕਾਰੋਬਾਰੀ ਲੋਕਾਂ ਸਿਆਸੀ ਪਾਰਟੀਆਂ ਟ੍ਰੇਡ ਯੂਨੀਅਨਾਂ ਦੀਆਂ ਸਰਗਰਮੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਪ੍ਰੋਗਰਾਮਾਂ ਸਮਾਗਮਾਂ ਤੇ ਕਾਨਫਰੰਸਾਂ ਦੀਆਂ ਸੂਚਨਾਵਾਂ ਦੇਣ ਵਾਲੇ ਨੀਲੇ ਪੀਲੇ ਲਾਲ ਹਰੇ ਇਸ਼ਤਿਹਾਰਾਂ ਨਾਲ ਭਰੇ ਹੋਏ ਹਨ ਕੁਝ ਨੋਟਸ ਬੋਰਡ ਬੋਰਡਾਂ ਉੱਤੇ ਨਾਮ ਤਾਰੀਖ ਖਾਨਦਾਨੀ ਡਾਕਟਰਾਂ ਤੇ ਗਲੀ ਗਲੀ ਖੁੱਲੀਆਂ ਪੜਾਈ ਦੀਆਂ ਦੁਕਾਨਾਂ ਦੇ ਇਸ਼ਤਿਹਾਰ ਵੀ ਚਿਪਕੇ ਹੋਏ ਹਨ ਇਸ ਨਾਲ ਜਿੱਥੇ ਸੜਕਾਂ ਤੇ ਗਲੀ ਮੁਹੱਲਿਆਂ ਦਾ ਵਾਤਾਵਰਣ ਪੱਦਾ ਲੱਗਦਾ ਹੈ ਉੱਥੇ ਪਬਲਿਕ ਨੂੰ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ ਬਾਹਰੋਂ ਸ਼ਹਿਰ ਦੇ ਕਿਸੇ ਦੂਜੇ ਹਿੱਸੇ ਵਿੱਚੋਂ ਹੁਲੂ ਆਏ ਲੋਕ ਨਾ ਤਾਂ ਨੋਟਸ ਬੋਰਡਾਂ ਉੱਪਰ ਲੱਗੇ ਮੁਹੱਲਿਆਂ ਦੇ ਨਕਸ਼ਿਆਂ ਨੂੰ ਦੇਖ ਸਕਦੇ ਹਨ ਨਾ ਸੜਕਾਂ ਦੇ ਨਾਂ ਪੜ ਸਕਦੇ ਹਨ ਨਾ ਗਲੀਆਂ ਤੇ ਘਰਾਂ ਦੇ ਨੰਬਰਾਂ ਤੇ ਹੋਰ ਜਾਣਕਾਰੀ ਨੂੰ ਪੜ੍ਹ ਸਕਦੇ ਹਨ ਇਸ ਕਰਕੇ ਇਸ ਸਮੱਸਿਆ ਨੂੰ ਉੱਪਰ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ ਇਸ ਸਾਰੀ ਸਥਿਤੀ ਲਈ ਜਿੱਥੇ ਉਪਰੋਕਤ ਖੁਦਗਾਰਜ਼ ਕਿਸਮ ਦੇ ਲੋਕ ਜ਼ਿੰਮੇਵਾਰ ਹਨ ਉੱਥੇ ਸਰਕਾਰ ਵੀ ਜ਼ਿੰਮੇਵਾਰ ਹੈ ਜਿਹੜੀ ਕਿ ਇਨ੍ਹਾਂ ਨੂੰ ਰੋਕਣ ਦੇ ਲਈ ਕੋਈ ਠੋਸ ਕਾਰਵਾਈ ਨਹੀਂ ਕਰਦੀ ਤੇ ਇਸ ਤਰ੍ਹਾਂ ਪਬਲਿਕ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਕਤਾਹੀ ਕਰਦੀ ਹੈ ਇੰਪਰੂਵਮੈਂਟ ਟਰਸਟ ਮਿਊਨਿਸਪਲ ਕਾਰਪੋਰੇਸ਼ਨ ਅਤੇ ਪੁਲਿਸ ਜੇਕਰ ਚਾਹੇ ਤਾਂ ਇਹਨਾਂ ਨੂੰ ਭਾਰੀ ਜੁਰਮਾਨੇ ਕਰਕੇ ਰੋਕ ਸਕਦੀ ਹੈ ਕਿਉਂਕਿ ਇਹਨਾਂ ਦੋਸ਼ੀਆਂ ਨੂੰ ਲੱਭਣਾ ਕੋਈ ਔਖਾ ਕੰਮ ਨਹੀਂ ਇਸ਼ਤਿਹਾਰ ਚਪਕਾਉਣ ਦਾ ਕੰਮ ਕਰਨ ਵਾਲੇ ਕੁਝ ਵਿਸ਼ੇਸ਼ ਕਿਤਾਕਾਰ ਹੀ ਹੁੰਦੇ ਹਨ ਉਹਨਾਂ ਵਿਰੁੱਧ ਕੀਤੀ ਅਸਰਦਾਰ ਕਾਰਵਾਈ ਵੀ ਇਸ ਸਮੱਸਿਆ ਨੂੰ ਕਾਫੀ ਆਪ ਕਹਿ ਸਕਦੇ ਆ ਸਮੱਸਿਆ ਨੂੰ ਕਾਫੀ ਹੱਦ ਤੱਕ ਕਾਬੂ ਕਰਨ ਦੇ ਵਿੱਚ ਸਹਾਇੀ ਹੋ ਸਕਦੀ ਹੈ ਆਸ ਹੈ ਕਿ ਅਖਬਾਰ ਵਿੱਚ ਇਸ ਸਮੱਸਿਆ ਦੀ ਗੰਭੀਰਤਾ ਨੂੰ ਪੜ ਕੇ ਉਪਰੋਕਤ ਗੈਰ ਜ਼ਿੰਮੇਵਾਰ ਲੋਕ ਇੰਪਰੂਵਮੈਂਟ ਟਰਸਟ ਮਿਊਂਸਿਪਲ ਕਮੇਟੀ ਤੇ ਪੁਲਿਸ ਪਬਲਿਕ ਹਿੱਤ ਲਈ ਆਪਣੀ ਫਰਜ਼ ਦੀ ਪਛਾਣ ਕਰੇਗੀ। ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਜਾਂ ਆਪ ਜੀ ਦੀ ਵਿਸ਼ਵਾਸਪਾਤਰ ਨੀਚੇ ਆਲ ਦਾ ਨਾਮ ਲਿਖ ਦੇਣਾ। ਬਹੁਤ ਈਜ਼ੀ ਆ ਇਹ ਪੱਤਰ ਇਹ ਵੀ ਆਪ ਦੇ ਕੋਲੋਂ ਲਿਖ ਸਕਦੇ ਹੋ। ਇਸ ਕਰਕੇ ਇਹਨੂੰ ਨੋਟਬੁੱਕ ਤੇ ਲਿਖਣ ਦੀ ਜ਼ਰੂਰਤ ਨਹੀਂ ਯਾਦ ਕਰ ਲੈਣਾ। OK? ਥੈਂਕ ਯੂ ਸਟੂਡੈਂਟਸ।